चंगी गल नी है खेत च ना मैं कदी खेह पाती कब दे खेत ने गड़ा मारना के साली ओदी खिची तू फिरदा आ देख ला मेरा सारा चोरा कहंदा मैं ये ब्याह करवाना कहंदा बुढ़ा सेवे च लत्ता पिंजे ने दी चिट्टे दा वाल आ रहे ने तू खाई नहीं जंदे रोटियां चिट्टे बैठा चबर चबर बोली जंदा दुकान ठंडा फड़ ले जाके मैं तां भाई तेरे नाल गल करनी सीगी। हां जी भाजी दसो जी। भाई किन्ना चिर हुण मैं छोटे हत्था तां नहीं देखूंगा। चलो तू तां वधिया मैनूं रोटी पानी दिन्नी आ, हुण ओहदा की पता कल मार के डंडे मैनूं घरों कढ दे। मेरा कौन आ, मेरी तां पहले ही दाढ़ी चिट्टी हो रही आ। जे भाई तेनू ना कोई इतराज होवे तां मैं तेरी भैण नूं रे लिया। ये गल्ला कहीं ही करदे हो भाजी, ये किथे जरदे ने मेरी भैण नूं नाले। क्यों भाई, होर सानूं पता तां हैगा जी किथे जरदे ने, तां गलम गली हुंदे रहिंदे ने इक दूजे दे नाल। ओह नहीं जरना हैगा उहनां ने, इह नहीं गल बणनी भाजी, तुसीं तां गल गलत सोच रहे होंगे। नहीं भाई, मेरी तेरी भैण नाल सारी गल्लबात होई वी आ, जे विच टंग कड़ाऊगा तां मैं तां घर दे विचाले कंध कढ़ा दूंगा। नहीं भाजी, देख मेरे सले दी किवें मोटे ने चढ़ी खड़ी है ओहदे। नहीं आ जा हुण, चाहे नहीं फड़ाई हजे की गुरमुते गुंदी जानी ओहदे नाल। क्यों तुसीं सारा दिन नाराज होए रहिंदे हो, आ जाओ थोड़े नाल मैं इक जरूरी गल करनी हैगी। आ जाओ गल करेंगी तू एड्डी, कोई ना आ जाओ, आ जाओ कोई ना बैठ के गल करदे हां। परे होने तेरे छड़े ने कन्न, चल चल आईं तां करदे हुण नाले चक्की फिरदी है प्लेट जी नूं। हां दस की गल करनी है। मैं तां जी ऐ कहंदी सी छोटा भरा गल करदा सी मेरी भैण बारे गल्लां करदा सी, कहंदा वी ओहनूं ले आउणेंगे विआह के, ओह वी बैठी हैगी। ਉਹ ਮੇਰੇ ਸਾਰੇ ਦੀ ਉਹ ਦੱਸ ਉਹਨੂੰ ਤੌਲੇ ਜਾਂ ਟੜਾ ਹੋ ਰਿਹਾ ਸੇਵਾ ਜੀ, ਉਹਦੀਆਂ ਲੱਤਾਂ ਨਹੀਂ। ਹੁਣ ਦੱਸ ਉਹ ਵਿਆਹ ਕਰਾ ਕੇ ਉੱਥੇ ਕੀ ਕਰੂਗਾ, ਨਾਲੇ ਤੇਰੀ ਭੈਣ ਤਾਂ ਪਹਿਲੀ ਨਹੀਂ ਹੋਏਗੀ, ਉਹ ਤਾਂ ਆਪਣਾ ਘਰ ਪੱਟ ਦੂ ਜਮੀ ਫੱਫੇ ਕੁੱਟਣੀ ਤਾਂ ਹੈਗੀ ਆ ਉਹ। ਨਹੀਂ ਜੀ ਕੋਈ ਗੱਲ ਨਹੀਂ, ਘਰ ਵਸ ਜੂ ਉਹਨਾਂ ਦਾ ਦੋਨਾਂ ਦਾ। ਬਸ ਰਹਿਣ ਦੇ ਤੂੰ, ਤੇਰੇ ਨਾਲ ਮੇਰਾ ਰੋਜ਼ ਖੜਕੀ ਰਿਹਾ ਕਰੂਗੀ, ਉਂਗਲਾਂ ਲਾਇਆ ਕਰੂਗੀ ਉਹ, ਤੈਨੂੰ ਹੀ ਲੱਗਦਾ ਹੈਗਾ। ਕੋਈ ਨਹੀਂ ਉਂਗਲਾਂ ਲਾਉਂਦੀ ਜੀ, ਸੋ ਤਾਂ ਸੋਨੂੰ ਲੱਗਦਾ ਹੈਗਾ, ਤੁਸੀਂ ਨਹੀਂ ਜਰਦੇ ਹੈਗੇ ਘਰ ਵਸਣ ਨੂੰ। ਮੈਂ ਦੇਖਾ ਦੂੰਦੀ ਜੇ ਕੰਧ ਕਢਾ ਦੂਗੀ ਉਹ ਆ ਗਈ ਉਰੇ, ਫਿਰ ਕੀ ਕਰਾਂਗੇ ਇਹਨੂੰ, ਫਰੀ ਜਰਦੇ 2 ਸਾਲ ਜਾਂ 4 ਸਾਲ ਹੈ। ਨਹੀਂ ਮੈਂ ਵੀ ਰੋਟੀਆਂ ਨਹੀਂ ਖਾਦੀਆਂ ਜੀ, ਸੋ ਤਾਂ ਨਹੀਂ ਜਰਿਆ ਜਾਂਦਾ ਹੈਗਾ, ਤੁਸੀਂ ਚਾਹੁੰਦੇ ਹੋ ਵੀ ਉਹਦਾ ਘਰ ਨਾ ਬਸੇ। ਉਹ ਨਾਲੇ ਕਹਿ ਦੇ ਉਹਨੂੰ ਚੌਰੇ ਨੂੰ, ਜੇ ਉਰੇ ਲੈ ਆਇਆ ਨਾ ਉਹਨੂੰ ਨਾ ਮੇਰੇ ਸਾਥ ਦੀਆਂ ਲੱਤਾਂ ਹੁੰਦੀਆਂ, ਤੋੜੂ ਨਾਲ ਤੁਰੂ ਤੇਰੀ ਭੈਣ ਦੀਆਂ। ਸੋਨੂੰ ਕੀ ਤਕਲੀਫ ਹੁੰਦੀ ਹੈ ਜੀ, ਕਰਦੀ ਰਾਜ ਮਾਰ ਗਿਆ ਤੁਸੀਂ ਨੇ। ਇਹ ਨਹੀਂ ਜਰਦਾ ਹੈਗਾ, ਇਹ ਤਾਂ ਘਰ ਜਾ ਰਿਹਾ, ਅਮਰੀਕੀ ਮੇਰਾ ਸਾਲਾ ਪਿਆ ਹੀ ਨਹੀਂ ਹੈਗਾ ਵੀ ਵਿਚਾਰੇ ਦਾ ਘਰ ਬਸ ਜਾਵੇ। ਮੇਰੇ ਸਾਲੇ ਦੀ ਮੈਨੂੰ ਪਤਾ ਸੀ ਉਹ ਅਮਰੀਕੀ ਤੈਨੂੰ ਲੈਣ ਥੋੜੀ ਗਿਆ ਜੀ, ਉਹਦਾ ਆਪਦਾ ਮਾਰਾ ਗਿਆ ਸੀਗਾ ਵੀ ਹਾਂ ਮੈਂ ਆਪਦੀਆਂ ਗੁੰਡੀਆਂ ਡਾਲੂਗਾ, ਤਾਂ ਹੀ ਤੈਨੂੰ ਮੈਂ ਭੇਜਦਾ ਨਹੀਂ ਸੀ। ਵੇ ਸਾਲਾ ਚਾਲੂ ਹੋ ਜਾਂਦਾ, ਕੋਈ ਨਾ ਮੈਂ ਵੀ ਦੇਖਦਾ ਕਿਵੇਂ ਕਰਾਉਣਾ ਪਿਆ। ਫਿਰ ਜਿੰਨਾ ਪਤੀਗੜਾ ਪਾਉਂਦੇ ਮੇਰੇ ਸਾਲੇ, ਤੁਸੀਂ ਕੀ ਜਾਣੋਗੇ, ਜਿਹੜਾ ਸਾਲਾ ਉੱਥੀ ਬੈਠੀ ਭਰਮਾਈ ਜਾਂਦਾ ਇਹ ਵੀ ਗੱਲਾਂ ਚ ਲਾ ਲਈ। ਭਾਜੀ ਤਾਂ ਮੇਰੀ ਭੈਣ ਦੇ ਸੁਪਨੇ ਦੇਖਦਾ ਫਿਰਦਾਗਾ, ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨਾਂ ਦੀ ਗੱਲ ਪੂਰ ਹੋਣ ਦਊਗਾ, ਤਾਂ ਪਤਾ ਨਹੀਂ ਕਾਹਤੋਂ ਤਾਂ ਹੁੰਦਾ ਰਹਿੰਦਾਗਾ। ਜੇ ਵਧੀਆ ਸੀ, ਜੇ ਮੇਰੀ ਭੈਣ ਦਾ ਹੋ ਜਾਵੇ, ਦੋਨੇ ਭੈਣਾਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੀਆਂ। ਭਾਜੀ ਵੀ ਨਹੀਂ ਮਾੜੇ ਹੈਗੇ, ਵੀ ਉਹਨਾਂ ਦਾ ਤਾਂ ਘਰ ਬਸ ਜੂਗਾ। ਚੱਲ ਮੈਂ ਜਾ ਕੇ ਆਵਾਂ ਗੁਰਮੀਤ ਕੋਲੇ, ਦੇਖਾਂ ਮੈਂ ਉਹਨੂੰ ਵੀ ਕਿਵੇਂ ਗੱਲਬਾਤ ਆ, ਫਿਰ ਨਾ ਕੰਜਰਾਂ ਨੇ ਕਲੇਸ਼ ਕਰ ਰੱਖਿਆ ਹੋਵੇ। ਮਿਲੇ ਆਵਾਂ ਮੈਂ ਜਾ ਕੇ, ਨਾਲੇ ਉਹ ਵੀ ਕਹਿ ਰਿਹਾ ਸੀ ਗੇੜਾ ਮਾਰ ਜੀ, ਮਾਰ ਹੀ ਆਵਾਂ ਗੇੜਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਿਆ ਜੀ, ਫਿਰ ਜਾਉਣ ਨੂੰ ਹੈ। ਹੋਰ ਜੀ, ਮੈਂ ਚੱਲ ਜਾਇਆ ਆਵਾਂ, ਮਿਲੇ ਆਵਾਂ ਜਵਾਕਾਂ ਨੂੰ। ਨਾ ਵਧੀਆ ਕੀਤਾ ਤੁਸੀਂ, ਮੈਨੂੰ ਫੋਨ ਫਾਨ ਕਰ ਦੇਣਾ ਸੀ, ਮੈਂ ਆ ਜਾਂਦਾ ਉੱਥੋਂ ਅੱਡੇ ਤੋਂ ਲਾਇਆ। ਨਾ ਕੋਈ ਨਾ ਜੀ, ਮੈਂ ਚੱਲ ਚੱਲੀ ਜਾਂਦੀ ਆ ਫਿਰ ਫੋਨ ਨੂੰ, ਮੈਂ ਤਾਂ ਨਹੀਂ ਕਰਿਆ, ਮੈਂ ਕੀ ਪਤਾ ਘਰੇ ਹੋ ਨਾ ਹੋਵੇ। ਬਹੁਤ ਔਖੇ ਦਿਨ ਕੱਟੇ ਨੇ ਮੈਂ ਤਾਂ, ਇੰਨੇ ਕਾ ਰੋਜ਼ ਯਾਦ ਕਰਕੇ ਪੈਂਦਾ ਸੀ ਤੈਨੂੰ। ਲੈ ਹੋਰ ਦੇਖੀ ਕਿਤੇ ਅੱਧਾ ਨਾ ਹੋ ਜੀ। ਲੱਦਾ ਕੀ ਨਾ ਹੋ ਜੀ, ਅੱਜ ਤਾਂ ਬਹੁਤ ਖੁਸ਼ੀ ਵਾਲਾ ਦਿਨ ਹੈ, ਤੁਸੀਂ ਅੱਜ ਘਰੇ ਆ ਗਏ। ਮੇਰੇ ਸਾਲੇ ਦੀ ਅੱਜ ਗੰਡੇ ਜੇ ਕੱਟੀ ਜੇ ਨੇ, ਕੀ ਬਣਾਏਗੀ? ਗੰਡੇ ਹੀ ਬਣਾਉ, ਹੋਰ ਕਿਹੜਾ, ਤੇਰਾ ਮਟਰ ਪਨੀਰ ਲਿਆਂਦਾ ਪਿਆ ਵੀ ਉਹ ਬਣਾਵਾਂ। ਮਟਰ ਪਨੀਰ ਖਾਣ ਵਾਲੀ ਐ ਤੂੰ, ਮੇਰੇ ਅੱਜ ਉਹਨੂੰ ਕਿਹਾ 10 ਵਾਰੀ, ਉਹਨੂੰ ਮਰੀਕੀ ਨੂੰ ਸਾਗ ਤੋੜ ਲਿਆ ਕਰ, ਉੱਥੇ ਹੋ ਰਿਹਾ ਪੂਰੀ ਤੋੜ ਕੇ ਲਿਆਉਂਦਾ, ਉਹੀ ਫਰੀ ਜਾਊਗਾ ਕੋਲੇ ਕਰ ਚਾ, ਤੇਰੇ ਵਾਗਾ ਮੇਰੇ ਵਾਗਾ। ਹੁਣ ਕਿੱਧਰ ਜਾ ਰਿਹਾ ਉਹ? ਮੈਨੂੰ ਕੀ ਪਤਾ ਹੈਗਾ, ਮੈਨੂੰ ਕੀ ਦੱਸ ਕੇ ਜਾਂਦਾਗਾ ਤੇਰਾ। ਤੁਹਾਡੀ ਇੱਕੋ ਗੱਲ ਤਾਂ ਹੈਗੀ ਇਹਦਾ, ਤੇ ਕਹਿੰਦੀ ਮੈਨੂੰ ਦੱਸ ਕੇ ਜਾਂਦਾ, ਮੈਂ ਐਸ ਲੱਗ ਰਹੀ ਹੈ ਕਦੋਂ ਦੀ ਰਿੰਗਣ ਆਈ ਨਹੀਂ ਕਿ ਵੀ ਝੂਠੀ ਕੋਲ ਦਿਖਾ ਦੇਵਾਂ। ਲਾ ਆ ਗਿਆ ਨਾਲ ਉਹਦਾ ਸੱਜਰ ਆਪਣੇ, ਹਾਂ ਮੇਰੀ ਭੈਣ ਆ ਗਈ। ਹੁਣ ਕੀ ਲੈਣਾ ਜੀ ਤੂੰ ਵੀ ਉਰੇ,
रोटियां दुकान ठंडा फड़ लिया जाके ठंडा ना तेन मैं हूं पिया दूजा जीरा पानी की घुट भरा दे करा तू ना घर बसन दे दी होर घर बसा ला तू अजो दसरे रह गई कोई तू शर्म तो नहीं आती है उम्र किन्नी उम्र किन्नी शर्म नू हूं मैं किन्ना टाइम छोटे हथा नहीं देखी बुढ़ी उम्र विह करा दे रुसी पी तेरे घरे लिया माड़ा करता रोटी खानी रोटियां तेन बना के दे हो करना बुढ़ी उम्र उ रब का नौ ले मैं हूं तेन ब्याह करवा के दिखाऊ अब घर बसा के दिखाऊंगा दिमाग तेन नी लोट आ सकता तू जिन्ना मर्जी तेरा मत्था मार ला लोग पिछे लगता गा तेन पता लग गया कपड़े बैठा ना बैठा बना फिर हले तू मेनू लिया कहना गा है जो मैं उरे आ गई मेनू जर लूगा तो मेरे सिर च गलियां कर दूगा मेरी भैन का भी जीना हराम कर दूगा जे बाला औखा होगा तो मैं घर कंध भी कढ़ दूंगा चल चाह पानी पीला जे पीना नहीं चल आपां खेत वल जाके आईए चाह नहीं मैं पींदी हैगी चाह नूं तां गर्मी हो रही है पानी पी लैणी है चल ठीक है फिर जे नहीं चाह पीनी चल आपां खेत वल चलदे आं कोई सब्जी भाजी देख लैणे आं हुण तां आया हुण खेत हो गया गे फिर ओह तां उरी इन्ना बोल के गया हुण खेत नहीं बलूगा ओह तां दूजे खेत गया आपां तां उत्थे चल जिहड़ा जप्ती ते लै रख्या अच्छा चल गर्मी तां बना ला फिर सब्जी कोई ना कोई ना कोई ना चल ठीक है कोई ना जे होया कम तेन दसूंगा मैं चल ठीक है वो किमें है रूप भाई वो ठीक है यार रूप भाई दा बस तेन की दसी है की गल हो गई किमें गुस्से च है गुस्सा क्यों मेरे नाल दा हड़ड़ा बड़ड़ा अमरीकी भैन जो ने उने दा नक जे दम करके ऐहे जा की करता भाई उने कोई करना की है यार हुन मेरी अड़ी साली आ रही है मेरा साला कहंदा मैं तो ओदे नाल ब्याह कराऊंगा अच्छा भाई और बहाना लेके वग गया पता नहीं की गिट मिट करी की ना मैं जो दो दिन तीन दिन बाद आगी तेरे वाली साली नाल और हुण आ रहा घरे बैठे थे तो लड़के हैं यार चंगा मैं तो खेत कनी मार के आना उरे पिंड वाले गेड़ा कोई ना और यार ओदा कम में खराब है तो छितर खाऊगा दो दिन तक देखदा बस देखदा यार तो बणा ही पिया कम ओदा लगदा मुंडा तेरा हाथ तक ना साफ करके निकल ना मैं तो कानू छड़ांगे चल मैनू भी सारा चाहिए दस कोई ना कोई पापा अस्सी काल बाबा अस्सी काल होई होर किवें आ ठीक है वधिया किधर ता खेत वाले गेड़ा मरन जांदे सी खेत मैं कहा साग सूग तोड़ लईए कोई सब्जी सूजी देख लईए अच्छा आहा रिश्तेदार आ रहा कोई हां हां अपने रूपी साली आए ओ फिर तू इधर किधर खिची फिरदा सुनने खेतां च ओ खेतां च मैं कहा कोई सब्जी सूजी ले आईए अच्छा देख ले आईए हां गाल होंगे सब्जी कोई सब्जी ता हुण ਗਾਲਾਂਗੇ ਕੀ ਯਾਰ ਉਹਦੇ ਥੱਕ ਨਹੀਂ ਚੱਕਾਂਗੇ ਹੁਣ ਨਾ ਠੀਕ ਆ ਹਜੇ ਤਾਂ ਤੇਰੀ ਉਮਰ ਆ ਹਜੇ ਕਿਹੜਾ ਤੇਰੀ ਉਮਰ ਲੰਗੀ ਆ ਉਮਰ ਕਿੱਥੇ ਲੰਗੀ ਆ ਹਾਂ ਮੈਂ ਤਾਂ ਨਵਾਂ ਹੀ ਮੁੰਡਾ ਤੂੰ ਮੇਰੀ ਗੱਲ ਸੁਣ ਜਦ ਵੀ ਮੈਂ ਘਰੇ ਜਾਂਦਾ ਮੈਨੂੰ ਵੱਡੀ ਕੁੱਤੀ ਵਾਂਗੂ ਪੈਂਦਾ
ਹਾਂ ਉਹਦਾ ਸੁਭਾਅ ਇਹ ਹੈ ਜਿਹਦਾ ਬੇਕਾਰ ਬੰਦਾ ਮੇਰਾ ਘਰ ਦੇ ਵਿੱਚ ਕਿਤੇ ਹਿੱਸਾ ਨਹੀਂ ਹੈਗਾ ਉਹ ਤਾਂ ਮੰਨਦਾ ਬਾਬਾ ਮੈਂ ਤੇਰਾ ਹਿੱਸਾ ਪਰ ਜਿਹੜਾ ਤੂੰ ਆਹ ਕੰਮ ਕਰਦਾ ਫਿਰਦਾ ਖੇਹ ਪਾਉਣਾ ਫਿਰਦਾ ਉਹਦੇ ਸਿਰ 'ਚ ਇਹ ਚੰਗੀ ਗੱਲ ਨਹੀਂ ਹੈਗੀ ਖੇਤਾਂ 'ਚ ਨਾ ਮੈਂ ਕਾਹਦੀ ਖੇਹ ਪਾਤੀ ਕੱਬ ਦੇ ਖੇਤ ਨੇ ਬੜਾ ਮਾਰਨਾ ਕਿ ਸਾਲੀ ਉਹਦੀ ਖਿੱਚੀ ਤੂੰ ਫਿਰਦਾ ਖਿੱਚੀ ਫਿਰਦੇ ਤਾਂ ਹੁਣ ਜਾਂ ਰਿਸ਼ਤੇਦਾਰ ਆ ਗਏ ਤਾਂ ਹੁਣੇ ਸਾਲੀ ਆ ਮੈਂ ਤੈਨੂੰ ਬੰਝ ਕੱਟ ਕੇ ਦਿਖਾਊਂਗਾ ਨਾ ਪਰ ਫੇਰ ਤਾਂ ਠੀਕ ਆ ਚੱਲ ਚੰਗਾ ਰਹਿਦਾ ਬਗ ਜੋ ਲੋ ਨਜ਼ਾਰੇ ਤੁਸੀਂ ਤਾਂ ਲੈ ਚੋਰੇ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਜਾਂਦੀ ਉਮਰੇ ਕੀ ਕਰਤੂਤਾਂ ਕਰਦਾ ਫਿਰਦਾ ਜਾਂ ਹਜੇ ਰੂਪ ਮਾੜਾ 15 ਸਾਲੀ ਉਹਦੀ ਖਿੱਚੀ ਤੂੰ ਫਿਰਦਾ ਔਰ ਉਮਰ ਦਾ ਦੇਖ ਲੈ ਤੇਰੀ ਸਰਿਆ ਪਿਆ ਵੀ ਬੁੜਿਆ ਜਾਂਦਾ ਵੀ ਇਹ ਕੌਣ ਤੀ ਬਸ ਇਹ ਰੂਪ ਦਾ ਚਮਚਾ ਪਿੰਡ ਦਾ ਅੱਛਾ ਅਸੀਂ ਸਾਲੇ ਮੱਚੇ ਪੈ ਲੋਕ ਸਾਰੀ ਜਰਦੇ ਨਹੀਂ ਹੈਗੇ ਵੀ ਕਿਸੇ ਦਾ ਘਰ ਵਸ ਜੇ ਬਸ ਉਹੀ ਗੱਲ ਆ ਸਾਡੇ ਵਾਲੇ ਨੂੰ ਨਹੀਂ ਸ਼ਰਮ ਆਉਂਦੀ ਕਿ ਚੌਰੇ ਨੂੰ ਦੱਸ ਇਹ ਦੱਸਦਾ ਕਿ ਵਿਹੜੇ 'ਚ ਇਹੀ ਸਾਰਾ ਕੁਝ ਦੱਸਦਾ ਫਿਰਦਾ ਇੱਕ ਵਾਰੀ ਪੰਡੀ ਪਿੱਟਦਾ ਇਹਨੂੰ ਅਕਲ ਨਹੀਂ ਹੈਗੀ ਵੀ ਕਿੰਨੀ ਕੀ ਕਰਨਾ ਕੀ ਨਾ ਇਹ ਸਾਰਾ ਮਿੱਥਾ ਆਪਣਾ ਇਹ ਸਾਰਾ ਆਪਣੇ ਬੀਜਿਆ ਹੋਇਆ ਅੱਛਾ ਮੂਰੀਆਂ ਮਾਰੀਆਂ ਮੇਤੇ ਮੂਠੇ ਅੱਛਾ ਜਦੋਂ ਮਰਜ਼ੀ ਤੈਨੂੰ ਲੋੜ ਹੋਵੇ ਆ ਕੇ ਇੱਥੇ ਸਬਜ਼ੀ ਸੁਬਜ਼ੀ ਲੈ ਜਾ ਕਰੀ ਕੋਈ ਨਾ ਛੋਟੀ ਨੂੰ ਲੈ ਆਇਆ ਕਰਾਂਗੀ ਲੈ ਆਉਂਦਾ ਰੂਪ ਬਾਈ ਤਾਂ ਉਹ ਰੂਪ ਬਾਈ ਗੱਲ ਸੁਣ ਕੇ ਆ ਮੇਰੀ ਬਹਿ ਜਾ ਕੀ ਗੱਲ ਸੁਣਾਏਗਾ ਕਿੱਧਰ ਫਿਰਦਾ ਤੂੰ ਕੁਝ ਨਹੀਂ ਯਾਰ ਮੈਂ ਤਾਂ ਉਹਨਾਂ ਪਿੰਡ ਵਾਲੇ ਖੇਤ ਜਾ ਕੇ ਆਇਆ ਦੀ ਮਾਂ ਲਾ ਜੀਰੀ ਜੂਰੀ ਤਾਂ ਦੇਖਾਂਗੇ ਉਹ ਦੂਜੇ ਖੇਤ ਤੁਹਾਡੇ ਉਹ ਫਿਰਦਾ ਅਮਰੀਕੀ ਤੂੰ ਪਿੰਡ ਵਾਲੇ ਖੇਤ ਫਿਰੀ ਜਾਇਆ ਕਰ ਉਧਰ ਯਾਰ ਆਹੋ ਉਹ ਤਾਂ ਨਾਲ ਜਿਹੜੀ ਤੇਰੀ ਸਾਲੀ ਆ ਰਹੀ ਆ ਪਤਾ ਨਹੀਂ ਕੀ ਲੱਗਦੀ ਆ ਉਹਨੂੰ ਨਹੀਂ ਫਿਰਦਾ ਨਾਲ ਖੇਤ ਪੱਕੀ ਗੱਲ ਹੈ ਆਹੋ ਭੈਣ ਚੋਦ ਨੇ ਉਹਨੇ ਬੜਾ ਤੰਗ ਕਰੇ ਯਾਰ ਇਹ ਤਾਂ ਮੇਰਾ ਸਾਲਾ ਕਾਲਾ ਮੂੰਹ ਕਰਾਊਗਾ ਪਿੰਡ 'ਚ ਲੋਕ ਕੀ ਕਹਿੰਦੇ ਤੈਨੂੰ ਤਾਂ ਪਹਿਲੀ ਪਤਾ ਉਹਦਾ ਤੈਂ ਕਿਉਂ ਸਾਲੀ ਬੁਲਾਈ ਆਪਦੀ ਘਰੇ ਕਾਂ ਨੂੰ ਬੁਲਾਈ ਆ ਮੈਂ ਮੇਰੇ ਸਾਲੇ ਦੀ ਆਪ ਆ ਗਈ ਯਾਰ ਮੇਰੀ ਘਰ ਵਾਲੀ ਯਾਰੀ ਦੀ ਰੁੱਸ ਕੇ ਇਹ ਭੈਣ ਦਾ ਯਾਰ ਖਾਗੜ ਮੈਨੂੰ ਕਹਿੰਦਾ ਮੈਂ ਲਿਆਉਣਾ ਉਹਨੂੰ ਮਨਾ ਕੇ ਕਾਂ ਨੂੰ ਮਨਾਉਣ ਗਿਆ ਜੀ ਉੱਥੇ ਗਿਆ ਹੋਇਆ ਪਤਾ ਨਹੀਂ ਕਿਵੇਂ ਗਿੱਟ ਮਿੱਟ ਕਰਕੇ ਆਇਆ ਤੀਜੇ ਦਿਨ ਉਹ ਆ ਬੜੀ ਹੋਰ ਚਾਹ ਪਾਣੀ ਵੀ ਨਹੀਂ ਪੀਤਾ ਮੈਂ ਕਹਿੰਦਾ ਫਿਰ ਤੂੰ ਬਾਈ ਮੈਨੂੰ ਕਹਿੰਦਾ ਕਹਿੰਦਾ ਮੈਂ ਤਾਂ 5 ਬਰਾਬਰ ਹੀ ਕੱਢੂ ਹੁਣ ਤੇ ਕੀ ਕਰੀਏ ਯਾਰ ਹੁਣ ਤਾਂ ਭੈਣ ਜੋ ਇੰਨੇ ਤੰਗ ਕਰਕੇ ਨੀ ਸ਼ਰਮ ਨਹੀਂ ਆਉਂਦੀ ਸੀ ਵਹਿ ਚ ਲੱਤਾਂ ਨੇ ਦੀਆਂ ਉਹ ਭਾਲ ਦਾ ਡੋਲੇ ਭੈਣ ਇਹੀ ਜੀ ਉਹ ਹੈ ਮੈਂ ਵੀ ਉਹਨੂੰ ਕਿਹਾ ਜੀ ਮਾਂ ਤੇਰੀ ਉਮਰ ਹੈ ਹੁਣ ਕਹਿੰਦਾ ਹਜੇ ਮੇਰੀ ਉਮਰ ਨੂੰ ਕੀ ਹੋਇਆ ਕੀ ਕਰੀਏ ਯਾਰ ਇਹਦਾ ਮੈਂ ਕਿਹਾ ਤੂੰ ਪੂਰਾ ਹੋਣ ਵਾਲਾ ਹੋਇਆ ਭੈਣ ਬੱਬਾ ਤੂੰ ਦੱਸ ਕੀ ਵਿਆਹ ਕਰਾ ਕੇ ਕਰਾਏਗਾ ਉਹੀ ਤਾਂ ਗੱਲ ਹੈ ਜਦੋਂ ਕਰਾਉਣ ਵੇਲੇ ਦਾ ਕਰਾਇਆ ਨਹੀਂ ਹੁਣ ਭਾਲ ਦਾ ਡੋਲੇ ਭੈਣ ਜੋ ਕੀ ਹੁਣ ਦੱਸ ਯਾਰ ਤੈਂ ਆਰਾਮ ਆਰਾਮ ਕਰ ਤੂੰ 4 ਰੋਟੀਆਂ ਖਾਣੀਆਂ ਨੇ ਕੱਪੜੇ ਧੋਏ ਮਿਲਦੇ ਨੇ ਤੈਨੂੰ ਹੁਣ ਤਾਂ ਬਾਈ ਉਹ ਕਹਿੰਦਾ ਮੈਂ ਤਾਂ ਘਰ 'ਚ ਵੀ ਕੰਧ ਕਢਾਉਂ ਤੇੜੀ ਪੈਲੀ ਆ ਉਹ 'ਚ ਵੀ ਵੱਟ ਪਵਾਉਂ ਕੋਈ ਨਾ ਆਉਣ ਦੇ ਨੂੰ ਮੈਂ ਪਾਉਣਾ ਨਹੀਂ ਆਉਂਦਾ ਜਾ ਕੇ ਚਲੋ ਤਾਂ ਤੁਸੀਂ ਨਿਬੜੋ ਬਾਈ ਭਾਈਆਂ ਭਾਈਆਂ ਦਾ ਤੁਹਾਡਾ ਬਾਕੀ ਕੋਈ ਨਹੀਂ ਬਾਬਾ ਬਾਰੀ ਟੈਨਸ਼ਨ ਟੂਨਸ਼ਨ ਨਾ ਲਈ ਕੋਈ ਨਾ ਮੈਂ ਕਰਦਾ ਲੋਕ ਮੈਂ ਤਾਂ ਗੱਲ ਕਰਦਾ ਮੈਂ ਵੀ ਹੁਣ ਪੋਚ ਵੱਟ ਇਹਨਾਂ ਦੀ ਇਹ ਪਾਊ ਜਾ ਕੇ ਰੂਪ ਦੇ ਸਮਾਨ ਫਰ ਨਾ ਅੰਗੋ ਵੀ ਪਤੰਦਰ ਸੰਦੀਪ ਲੱਦਰ ਹੈ ਜਮੀ ਦੱਬੋ ਵੀ ਲਊ ਇਹਨੂੰ ਦੱਬਦਾ ਨਹੀਂ ਹੈਗਾ ਬੁੜਾ ਜਾ ਤਾੜਾ ਉਹ 'ਚ ਵੀ ਪੂਰੀ ਆ ਚੱਲ ਦੇਖਾਂਗੇ ਆਪਾਂ ਤਾਂ ਤਮਾਸ਼ਾ ਹੀ ਦੇਖਣਾ ਰੂਪ ਵੀ ਸੱਚੋ ਲੜਦਾ ਗਾ ਉਹਨੂੰ ਵੀ ਸ਼ਰਮ ਨਹੀਂ ਆਉਂਦੀ ਹੈਗੀ ਚੱਕ ਕੇ ਮਾੜਾ ਜਿਹਾ ਪਾਣੀ ਵੀ ਨਹੀਂ ਪੀਤਾ ਹੈਗਾ ਮੂੰਹ ਚੱਕ ਕੇ ਜਦੇ ਖੇਤਾਂ ਨੂੰ ਨਾਲ ਨਿਕਲ ਗਈ ਦੱਸੋ ਉਹਦਾ ਕੀ ਦੋਸਤ ਉਹਨੇ ਆ ਕੇ ਮੇਰੀ ਪਤਨੀ ਫੜਨੀ ਹੈ ਮੇਰੇ ਨਾਲ ਲੜਨਾ ਰੇਸਾਲੇ ਦੀ ਇੱਧਰ ਵੀ ਨਹੀਂ ਹੈਗੀ ਚੱਲ ਐਂ ਕਰਦਾ ਇੱਧਰ ਡੰਗਰਾਂ ਨੇ ਚ ਦੇਖਦਾ ਲਾ ਬੈਠੀ ਆ ਉਰੇ ਨੀ ਦੂਰੀ ਪਾਥੀਆਂ ਪੱਥੀ ਜਾਂਦੀ ਹੈ ਉਹ ਕਿੱਧਰ ਜਾ ਰਹੀ ਹੈਗੀ ਹੈ ਉਹ ਤਾਂ ਜੀ ਖੇਤ ਨੂੰ ਗਏ ਹੋਏ ਨੇ ਖੇਤ ਜਾ ਰਹੀ ਹੈ ਤੈਨੂੰ ਸ਼ਰਮ ਤਾਂ ਨਹੀਂ ਆਈ ਪਈ ਜੀ ਨੂੰ ਕਹਿ ਨਹੀਂ ਸਕੀ ਵੀ ਤੂੰ ਰੁਕ ਜਾ ਉੱਥੇ ਗੱਲਾਂ ਕਰਾਉਂਦੀ ਫਿਰਦੀ ਉਹ 100 ਲੋਕ ਦੇਖਦੇ ਹੋਣੇ ਮੇਰੀ ਸੁਣ ਲਾ ਗੱਲ ਉਹਨੂੰ ਕਹਦੇ ਜੇ ਉਰੇ ਰਹਿਣਾ ਉਹਦਾ ਘਰੇ ਟਿੱਕੇ ਪੈ ਜਾ ਕਰ ਐ ਨਹੀਂ ਮੈਂ ਫਿਰ ਦਿੰਦਾ ਹੈ ਖੇਤਾਂ 'ਚ ਹੁਣ ਬੇਇੱਜ਼ਤੀਆਂ ਕਰਾਉਂਦੀ ਫਿਰਦੀ ਉਹਦਾ ਕੀ ਮਤਲਬ ਉੱਥੇ ਖੇਤ ਜਾਣ ਦਾ ਲੈ ਜੀ ਮੈਂ ਉਹਨੂੰ ਖੜਾ ਕਹਿ ਕੇ ਤੋਰਿਆਗਾ ਕਹਿ ਕੇ ਤੂੰ ਕਹਿ ਨਹੀਂ ਸਕਦੀ ਤੇ ਉਹਨੂੰ ਵੀ ਤੂੰ ਕੀ ਕਰੇ ਮੰਗਦੀ ਉੱਥੇ ਜਾਣ ਤੋਂ ਆਪ ਹੀ ਵਾਗੀ ਉੱਠ ਕੇ ਹੁਣ ਮੈਨੂੰ ਕੀ ਪਤਾ ਹੈਗਾ ਕੋਈ ਨਾ ਮੈਂ ਕਹਿ ਦੂੰਗੀ ਕਹਿ ਦੂੰਗੀ ਨਾਲੇ ਆ ਜੇ ਛੇਤੀ ਕੋਈ ਮਰੀ ਜਾਨੀ ਹੱਥ ਜੇ ਕਰ ਬਣਾ ਚਾਹ ਪਾਣੀ ਦੱਸ ਮੇਰਾ ਕੀ ਕਸੂਰ ਹੈਗਾ ਮੇਰੇ ਤਾਂ ਸਿੱਤਰ ਬਾਬੂ ਦੇ ਪਵਾ ਕੇ ਰੱਖਦੇ ਹਜੇ ਘਰੇ ਆਉਣਗੇ ਪਤਾ ਨਹੀਂ ਕੀ ਬਣੂ ਆ ਗਈ ਘੁੰਮ ਫਿਰ ਕੇ ਸਿੱਤਰ ਪਵਾ ਕੇ ਰੱਖਤੇ ਹਜੇ ਮਾੜਾ ਜਿਹਾ ਕੇ ਟਿਕੀ ਨਹੀਂ ਹੈਗੀ ਨਾਲ ਦੀ ਨਾਲ ਉੱਠ ਕੇ ਤੁਰ ਪਈ ਮੈਂ ਘੁੰਮਣ ਨੂੰ ਕਿਹੜਾ ਉਹ ਚੰਡੀਗੜ੍ਹ ਵਾਲਾ ਮਾਲ ਘੁੰਮ ਕੇ ਆਈ ਆਗੀ ਮਾਲ ਤਾਂ ਗਈ ਸੀ ਖੇਤਾਂ 'ਚ ਤਾਂ ਗਈ ਸੀ ਖੇਤਾਂ 'ਚ ਹੈ ਵੀ ਕੀ ਸੀ ਤੂੰ ਹਜੇ ਮਾੜਾ ਜਿਹਾ ਟਿਕਦਾ ਜਾ ਤਾਂ ਪਹਿਲੀ ਨਹੀਂ ਮਾਨ ਹੈਗਾ ਉਹਦਾ ਤਾਂ ਕੰਮ ਹੀ ਅਮੀਆ ਗਰਮੀ ਤਾਂ ਤੂੰ ਡਰੀ ਜਾਨੀ ਉਹ ਤਾਂ ਪਤਾ ਨਹੀਂ ਕਾਹ ਤੋਂ ਡਰਦੀ ਮੈਂ ਤਾਂ ਘਰ ਬਸਾਉਣਾ ਡਰਨਾ ਹੀ ਪੈਂਦਾ ਹੈਗਾ ਉਹਦੀਆਂ ਗੱਲਾਂ 'ਚ ਨਾ ਭਾਈ ਤੂੰ ਆਇਆ ਕਰ ਫਿਰ ਕੀ ਹੋ ਗਿਆ ਮਾੜਾ ਮੋਟਾ ਖੇਤ ਵੱਲ ਲੱਗੜਾ ਮਾਰਿਆ ਏ
लड़ाई झगड़े तो अपने पति पत्नी चलती रहने हूँ जे उरे आ गई उरे रहन लग गई इन छोटा जा घर अपने कंध निकल जूगी की करा तू उन्हू लला पप्पा मार के भजा दे जिमें मर्जी कर उरे पांच छेड़ दू फिर देखेंगे आले दुआले कुछ नहीं मिलना है जमीन चो भी अद्ध बना लूगा ऐ भी ना जी तुसी करी जाया करो कुछ नहीं होंदा है मेरे साल जी मैं ऐ कहना जे निक्का न्याणा हो गया ना पंगा छेड़ जो वंडियां पै जाएंगे घर च जवान पई है लक्षण मैं की करां जी मैं तो बथेरा समझा के थक गई मैं तो नहीं समझाई समझदी हैगी हूं बंदियां वांगू समझा दे नहीं कदे फिर दूजे लुट चलांगे कदे कोई फिर फायदा नहीं कलेश पुगल लोग मेरे साल दी गवांडी कंधां दी चढ़ देखदे ने जदों अपनी लड़ाई हुंदी है हैं पिंडे च गल उड्डी पई है वो मैनूं जीत मेरा दी जीत ने मैनूं दस्या कहिंदा खेत च फिरदा सी लई मेरे तो उहदी अग लग गई मेरे साले दी मां तो मैं तां घरे छड्ड के गया जी इहनां नूं कानू जी तुसीं तां लोकां दीआं गल्लां दे विच आ जांदे होगे लोकां दीआं गल्लां च नहीं आउंदा मेरे साल जी देख और देखी कमें बैठा मोडे ना मोटा जोड़ के कमें बैठा है देखता लै मेरे साल शर्म नहीं आती चोरे कह दे उन्हों कहते उठ जो कहते सोहने लगते हो कहते बैठे हो मोडे ना मोटा कोई ना जी मैं समझा देनी कह देनी चोरे ने शर्म उतार रखी है जमी की हो गया जी बाण कुटी जाने बाण की होना एक ना लड़के ना डंडा मारिया थी रूप ने अच्छा की है भेने की तुसी मेरी बेइज्जती करवा रखी है जी केड़ा तेने ब्याह करवा लिया है देख भेने मेरे तो नहीं तेरे गल्ला जीतियां जांदियां मैं तेरे मूहरे हाथ बंधदी आ उत्थी वग जा गल सुन ला भाई मेरी जे उत्थे जाऊगी तां मैं भी उत्थे जाऊंगा आ छोटे घर दे विचों अद्ध लेके जावांगे फिर असीं बहुत करी जांदी आ गाहीं गाहीं वधी पई हैगी चल प्यार नाल समझा के देखदी आ ये तां मेरे नाल गलती हो जूगा तो दोनों पासे ओह हो जूगा मेरा हक मार दू चल प्यार नाल समझा के देखदी आ की कहंदी आ चल भैणे क्यों गुस्सा करी जांदी आ गुस्सा ना कर तू तो साडे मिंट च कणक तारती चल वड्डे छोटियां दी भी शर्म नहीं करी हैगी चल तैनूं पता ही आ तेरे जीजे दा सुभाव मैं भी कट्टी हो जांदी आ ओहदियां भी मैनूं सुननियां पैंदियां ने मैं थोड़ी कट्टणा ओहदे नाल एवें दे अलब नाल चल कोई ना आई नहीं ओह करदे हुंदे हैगे चल आ जा आप रोटी बनाईए चल कोई ना मैं आ रही आ क्यों जी आ गए ना लैन ते इन्हां नूं डराउणा ही पैंदागा ऐ नहीं ओह सिद्धे हुंदे अजे तो मैं हिस्से की गल कही थी ना जे ना मने तो मैं हिस्सा भी लूँ एक घर के कंध भी उन्होंने क्ड के दिखाऊँ पहला तो हले मैं भी ना नुकर कर दी थी भी रहने दे चल छड़ परा कानू करवाना हूँ पक्का करवा के दिखावे ये लोटे तो ही आने बहुत अहंकार होया इन्हों छोटी भी चंबल की उरे आके दो दिन उ की थी भैने तेरे बिना मेरा कोई नहीं है मैं गया भी चल घर की रोटी पकती होजूगी कि चेर छोटे से बोझ बन के बैठूगी आ देख लो थोड़े सामने किमें बोल दी कोई होर काम कर ला होर की कर लांगे लाही मैं दे मैं तू गठे गुठे चक लिया मैं कट लैनी छेती हो जूगी नहीं फिर बोलूगा रूप सब्जी तो इसे बना दे मैं तो आटा आटा गुन लैनी है रोटी बना लैनी है
ਨਾਲ ਵੀ ਸਬਜ਼ੀ ਲਾ ਬੈਠੇ ਮੇਰੇ ਸਬਜ਼ੀ ਪ੍ਰਧਾਨ ਬਣੀ ਮੈਨੂੰ ਘਰੇ ਤਾਂ ਕੰਮ ਹੁੰਦੇ ਜੀ ਨਾ ਤੂੰ ਮੈਨੂੰ ਐਂ ਦੱਸ ਤੇ ਤੂੰ ਆਪਦੇ ਘਰੇ ਨਹੀਂ ਕੰਮ ਹੁੰਦੇ ਕਿ ਉਰੇ ਆ ਕੇ ਤੂੰ ਉਹ ਚੌਧਰ ਲੱਗੀ ਕਰਨਾ ਐਵੇਂ ਕਿਵੇਂ ਨਾ ਕੰਮ ਇੱਥੇ ਕਰਾਂ ਮਦਦ ਦੀ ਮਾਲਕਣ ਹੈ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਮਾਲਕਣ ਹੋਏਗੀ ਤੂੰ ਆਪਦੇ ਘਰੇ ਹੋਏਗੀ ਉਰੇ ਤੂੰ ਕਾਦੀ ਮਾਲਕਣ ਹੈ ਪੂਰੀ ਅੱਧ ਦੀ ਮਾਲਕਣ ਹੈ ਉਰੇ ਅੱਧ ਦੀ ਮਾਲਕਣ ਤੂੰ ਨਹੀਂ ਹੈਗੀ ਸਮਝ ਗਿਆ ਚੱਲ ਵਿਆਹ ਕਰਾਉਂਗੀ ਮੈਂ ਉਹਦੇ ਨਾਲ ਫੇਰ ਜਦੋਂ ਕਰਾਏਂਗੀ ਉਹ ਦੇਖੀ ਜਾਊਗੀ ਜਾਂ ਡੰਡੀ ਲੱਗ ਤੂੰ ਰੋ ਐਵੇਂ ਕਿਵੇਂ ਡੰਡੀ ਲੱਗਾ ਆਹੋ ਚੱਲ ਕੱਢਣ ਵਾਲਾ ਤੂੰ ਤੂੰ ਖਰਜਾ ਮੇਰੇ ਸਾਇਦ ਦੀ ਵਿੱਚ ਆ ਜਾਊਗੀ ਇੱਥੇ ਤੂੰ ਕਰਾਏਂਗੀ ਰਿਪੇਅਰ ਤੂੰ ਕਰਾਉਗੀ ਰਿਪੇਅਰ ਇਹ ਕੀ ਗੱਲ ਬਾਈ ਰੁਕ ਆ ਦੇਖ ਲੈ ਕਿਵੇਂ ਬੋਲਦਾ ਇਹਦਾ ਉਰੇ ਕੀ ਮਤਲਬ ਹੈ ਉਰੇ ਆਉਣ ਦਾ ਮੈਨੂੰ ਇਹ ਦੱਸ ਪਹਿਲਾਂ ਮਤਲਬ ਮੇਰੀ ਗੱਲ ਸੁਣ ਲੈ ਮੇਰਾ ਨਹੀਂ ਇਹਦੇ ਮੈਂ ਸਾਦਾ ਮੈਂ ਇਹਦਾ ਵਿਆਹ ਕਰਾਉਂਗਾ ਫਿਰ ਵਿਆਹ ਕਰਾਉਣਾ ਉਹਦਾ ਯਾਰ ਜਿੱਥੇ ਮਰਜ਼ੀ ਜਾਊ ਉਰੇ ਵਾਲੀ ਮੈਂ ਕਹਿੰਦਾ 100 ਵਾਰ ਕਹਾਂ ਮੈਂ ਤਾਂ ਵਿਆਹ ਕਰਾਉਂਗਾ ਇਹਦੇ ਨਾਲ ਤੇ ਕਰਾਉਣਾ ਹੈ ਮੈਨੂੰ ਤਾਂ ਹੈਗੀ ਸਾਡੀ ਜਾਇਗ ਜਾ ਬਥੇਰੀ ਉੱਥੇ ਜਾਂਦੇ ਚੱਕ ਕੱਪੜੇ ਚੱਲ ਅੱਗੇ ਚੱਲ ਕਿਉਂ ਕੱਪੜਾ ਲੀੜਾ ਲੈ ਕੇ ਜਾਣਾ ਦੇ ਕੱਪੜਾ ਲੀੜਾ ਲੈ ਕੇ ਜਾਊਂ ਉਰੇ ਟਰੱਕ ਭਰ ਕੇ ਲੈ ਕੱਪੜੇ ਲੀੜਿਆਂ ਦਾ ਲੈ ਜਾ ਬਾਈ ਤੇਰੇ ਪੁੱਤ ਲੈ ਕੇ ਜਾਵਾਂਗਾ ਦੇਖ ਲੂਗਾ ਜੀ ਇਹਦੇ ਨਾਮ ਆ ਗਈ ਤੂੰ ਕੀ ਕਰ ਲੈਣਾ ਚੱਲ ਚੱਲ ਬਾਈ ਡੰਡੀ ਲਗੜੋ ਐਵੇਂ ਕਿਵੇਂ ਚੱਲੀਏ ਚੱਲ ਚੱਲ ਤੂੰ ਬਾਹਰ ਜਾ ਕੇ ਆ ਤੇਰੇ ਨਾਲ ਕੋਈ ਲਿੰਕ ਨਹੀਂ ਹੈ ਕਿਉਂ ਨਹੀਂ ਲਿੰਕ ਹੈ ਜੀ ਸਮਝਾ ਲੈ ਯਾਰ ਫਿਰ ਮੈਂ ਤੈਨੂੰ ਇੱਕ ਵਾਰੀ ਲਾਸਟ ਵਾਰ ਗੱਲ ਕਹਦੀ ਵੀ ਸਾਡੇ ਘਰ ਦੇ ਵਿੱਚੋਂ ਹਿੱਸਾ ਦੇ ਸਾਨੂੰ ਮਿਲਦਾ ਉਹ ਇਸ ਘਰ ਦੇ ਵਿੱਚ ਹਿੱਸਾ ਜਦੋਂ ਬਣੂਆ ਹਿੱਸਾ ਲੈਣੀ ਯਾਰ ਤੁਸੀਂ ਚਲ ਤੂੰ ਖਰਜਾ ਮੇਰੇ ਸਾਈ ਦੀ ਮਾਰੀ ਕੁਣੀ ਨੂੰ ਇਹ ਕਰ ਦਿਲ ਪਰਲੇ ਪਾ ਦੇ ਚੱਲ ਲੈ ਤੂੰ ਚੱਲ ਲੈ ਜਾ ਬਾਈ ਉਹਨੂੰ ਚਲੋ ਤੈਨੂੰ ਉੱਥੇ ਲਾ ਕੇ ਵੜ ਜਿਓ ਚਲੋ ਚਲੋ ਉੱਥੇ ਆ ਕੇ ਨਾ ਵੜ ਜਿਓ ਚੰਗਾ ਵਾੜਾਂਗੇ ਤੁਹਾਨੂੰ ਕੀ ਹਾਲ ਨੇ ਦੋਸਤੋ ਆਪਣੀ ਗੰਗ ਟੀਵੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਜੋ ਹੁਣੇ ਹੁਣੇ ਤੁਸੀਂ ਨੇ ਵੀਡੀਓ ਦੇਖੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗਦੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਆਪਾਂ ਨੂੰ ਕਮੈਂਟਾਂ ਜਮਾਨ ਬਖਸ਼ਦੇ ਨੇ ਮਨਦੀਪ ਸਿੰਘ ਗਰਚਾ ਅਮਨ ਕੇ ਗੀਤਾ ਸਿੰਘ ਬਰਾੜ ਸਿੰਘ ਜਗਜੀਤ ਕੁਲਵਿੰਦਰ ਸਿੰਘ ਸੋਢੀ ਰਾਵਦੀਪ ਸਿੰਘ ਗੋਰਾ ਦਾਈਆ ਪਾਲੀ ਨਰਾਇਣ ਕੁਲਦੀਪ ਢਿੱਲੋਂ ਕੇਵਲ ਕ੍ਰਿਸ਼ਨ ਜੋਧਾਪੁਰ ਥਲਾ ਮਨਦੀਪ ਗਰਚਾ ਇਹਨੇ ਸਾਰੇ ਵੀਰਾਂ ਦਾ ਧੰਨਵਾਦ ਜੀ।